ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆਹ 650 ਕਰੋੜ ਦੀ DPR ਬਣਾਉਣ ਦਾ ਆਦੇਸ਼ ਦਿੱਤਾ। ਆਹ ਸਾਰੀਆਂ ਡਿਪਾਰਟਮੈਂਟ, ਮੈਂ ਕਹਿੰਦਾ ਆਹ ਚੋਰਾਂ ਦਾ, ਡਾਕੂਆਂ ਦਾ ਮਾਫੀਆ ਆਹ ਇਕੱਠਾ ਹੋ ਗਿਆ ਸੀਗਾ, ਆਹ 650 ਕਰੋੜ ਨੂੰ ਵੀ ਕਿਵੇਂ ਖਾਣਾ। 2020 ਨੂੰ ਲੋਕਡਾਊਨ ਹੋ ਗਿਆ ਸੀਗਾ, ਸਾਰਾ ਸੰਸਾਰ ਬੰਦ ਹੋ ਗਿਆ ਸੀਗਾ। ਉਸ ਲੋਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇ ਤਾ, 225 x 60 ਕਰ ਲਓ ਅਤੇ ਆਹ 19 ਕਪੈਸਿਟੀ ਪਲਾਂਟਾਂ ਵਾਸਤੇ 650 ਕਰੋੜ ਰੁਪਏ ਦੀ DPR ਤਿਆਰ ਕਰ ਦਿੱਤੀ ਗਈ। ਸੀਮੇ ਦੀ ਜਾਂਚ ਕੀਤੀ ਜਾਵੇ। ਅੱਜ ਵਿਧਾਨ ਸਭਾ ਕਮੇਟੀ ਵੱਲੋਂ ਵੀ ਇਸ ਗੱਲ ਦੀ ਜਿਹੜੀ ਪੈਰਵੀ ਕੀਤੀ ਗਈ, ਕਿਹਾ ਜਾ ਰਿਹਾ ਕਿ ਜਲਦੀ ਇਸ ਦੀ ਜਿਹੜੀ ਆ ਜਾਂਚ ਕਰਵਾਈ ਜਾਵੇਗੀ, ਕਿੱਦਾਂ ਦੇਖਦੇ ਹੋ? ਦੇਖੋ ਜੀ, ਮੈਨੂੰ ਵੀ ਹੁਣੇ ਆਪ ਜੀ ਤੋਂ ਹੀ ਮੈਨੂੰ ਪਤਾ ਚੱਲਿਆ ਬਈ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੀ ਇੱਕ ਕਮੇਟੀ ਬਣੀ ਹੈ, ਲੋਕਲ ਬੋਡੀ ਦੀ ਵਿਧਾਨ ਸਭਾ ਕਮੇਟੀ ਬਣੀ ਹੈ, ਜਿਸ ਦੇ ਚੇਅਰਮੈਨ ਮਾਨਯੋਗ ਸਾਡੇ MLA ਸਾਹਿਬ ਸ਼੍ਰੀ ਗੁਰਪ੍ਰੀਤ ਗੋਗੀ ਜੀ ਬਣੇ ਨੇ। ਅਤੇ ਅੱਜ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ, ਰਿਮਾਰਕੇਬਲ ਅੱਜ ਉਹਨਾਂ ਨੇ ਡਿਸੀਜ਼ਨ ਲਿਆ ਹੈਗਾ ਇਸ ਕਮੇਟੀ ਨੇ ਬਈ ਜੋ 650 ਕਰੋੜ ਰੁਪਏ ਦਾ ਇੱਕ ਸਰਿਆਮ ਘਪਲਾ ਹੋਇਆ ਬੁੱਢੇ ਨਾਲੇ ਦੇ ਨਾਂ ਦਾ, ਜਿਸਦੇ ਨਾਲ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਸਵਾਸਥ ਜੁੜਿਆ ਦਾ ਸੀਗਾ ਜਾਂ ਜੁੜਿਆ ਦਾ ਹੈਗਾ, ਅੱਜ ਉਸਦੀ ਮਾਨਯੋਗ MLA ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ, ਜੋ ਕਿ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ, ਉਹਨਾਂ ਨੇ ਉਸਦੀ CBI ਔਰ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ, ਔਰ ਕਮੇਟੀ 'ਚ ਮੈਂ ਸੁਣਿਆ ਵੀ ਉਹ ਉਸਨੂੰ ਉਸ ਪ੍ਰਕਿਰਿਆ ਦੇ ਵਿੱਚ ਪਾ ਦਿੱਤਾ ਹੈਗਾ। ਅਤੇ ਬਹੁਤ ਜ਼ਿਆਦਾ ਮੈਂ ਅੱਜ ਖੁਸ਼ ਹੈ, ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਖਾਸ ਕਰ ਗੁਰਪ੍ਰੀਤ ਗੋਗੀ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ, ਔਰ ਨਾਲ ਦੇ ਨਾਲ ਉਹਨਾਂ ਨੂੰ ਇੱਕ ਵਿਨਮਰ ਨਿਵੇਦਨ ਵੀ ਆਹ ਕਰਦਾ ਵੀ ਆਹ ਸਿਰਫ ਕਾਗਜ਼ਾਂ ਤੱਕ ਨਹੀਂ, ਵਿਧਾਨ ਸਭਾ ਕਮੇਟੀ ਨੇ ਇਹਨੂੰ ਅੱਜ ਉਹਦੇ ਵਿੱਚ ਆਹ ਇੱਕ ਮਿਨਟਸ ਆਫ ਮੀਟਿੰਗ 'ਚ ਪਾ ਤਾ, ਸਿਰਫ ਉੱਥੇ ਤੱਕ ਨਾ ਰਹਿ ਜਾਏ ਬਈ MLA ਸਾਹਿਬ ਔਰ ਜੋ ਵੀ ਉੱਥੇ ਹੋਰ MLA ਸਾਹਿਬ ਪੂਰੀ ਕਮੇਟੀ ਆਈ ਸੀ ਉਹ CM ਸਾਹਿਬ ਉਹਨੂੰ ਸਾਈਨ ਕਰਕੇ ਜਾਂ ਜੋ ਵੀ ਇਹਦਾ ਪ੍ਰੋਸੈਸ ਹੈਗਾ ਵੀ ਕੈਬਨਿਟ ਤੋਂ ਅਪਰੂਵ ਕਰਾਉਣਾ ਜਾਂ ਕਿੱਥੋਂ ਅਪਰੂਵ ਕਰਾਉਣਾ, ਉਹਨੂੰ ਅਪਰੂਵ ਕਰਾ ਕੇ CBI ਦੀ ਇਨਕੁਆਇਰੀ ਕੰਡਕਟ ਹੋਵੇ। ਆ ਨਹੀਂ ਹੈ ਵੀ ਸਿਰਫ ਅਨਾਊਂਸ ਕਰ ਦਿੱਤਾ ਵੀ ਕਾਗਜ਼ਾਂ ਵਿੱਚ ਰਹਿ ਜੇ, ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆਹ 650 ਕਰੋੜ ਦੀ DPR ਬਣਾਉਣ ਦਾ ਆਦੇਸ਼ ਦਿੱਤਾ। ਆਹ 650 ਕਰੋੜ ਦੀ DPR ਦੇ ਮਾਰਫਤ ਉਹ 650 ਕਰੋੜ ਦੀ ਲੁੱਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸ਼੍ਰੇਯੰਤਰ ਰਚਿਆ, ਉਸ ਸ਼੍ਰੇਯੰਤਰ ਨੂੰ ਹੁਣ ਐਪਲੀਕੇਬਲ ਤਾਂ ਅਫਸਰਾਂ ਨੇ ਕਰਨਾ, ਸਭ ਤੋਂ ਪਹਿਲੇ ਉਹਦੇ ਵਿੱਚ PMIDC ਦੇ CEO ਸੀਗੇ ਉਸ ਸਮੇਂ ਅਜੋਏ ਕੁਮਾਰ ਸ਼ਰਮਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਹ DPR ਤਿਆਰ ਹੋਈ, ਔਰ ਆਹ DPR ਤਿਆਰ ਕੀਤੀ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ। ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਕੋਈ ਸਹਾਇਕ ਕੰਪਨੀ, ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਆ DPR ਤਿਆਰ ਕਰਨ ਦੇ ਵਾਸਤੇ। ਉਸ ਕੰਪਨੀ ਨੇ ਨਾ ਪਾਣੀ ਨੂੰ ਨਾਪਿਆ, ਆਨਨ ਫਾਨਨ ਦੇ ਵਿੱਚ ਆ DPR ਤਿਆਰ ਹੋਈ 650 ਕਰੋੜ ਰੁਪਏ ਦੀ। ਔਰ ਦੇਖੋ ਇਹਨੂੰ ਵੈਟ ਕਿਹਨੇ ਕੀਤਾ, ਵੈਟ ਦਾ ਮਤਲਬ ਹੁੰਦਾ ਇਹਦਾ ਨਿਰੀਕਸ਼ਣ ਕਿਹਨੇ ਕੀਤਾ, ਜਦੋਂ DPR ਬਣਦੀ ਹੈ ਉਹਦੀ ਸਹਾਈ ਏਜੰਸੀਆਂ ਕਿਹੜੀਆਂ ਕਿਹੜੀਆਂ, ਮਿਊਂਸੀਪਲ ਕਾਰਪੋਰੇਸ਼ਨ,
ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਆਹ ਸਾਰੀਆਂ ਡਿਪਾਰਟਮੈਂਟ, ਮੈਂ ਕਹਿੰਦਾ ਆਹ ਚੋਰਾਂ ਦਾ, ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ, ਆ 650 ਕਰੋੜ ਨੂੰ ਵੀ ਕਿਵੇਂ ਖਾਣਾ। ਆਨਨ ਫਾਨਨ ਦੇ ਵਿੱਚ ਇਹਨਾਂ ਨੇ DPR ਤਿਆਰ ਕੀਤੀ। ਔਰ ਦੇਖੋ ਮਜ਼ੇ ਦੀ ਗੱਲ, 2020 ਦੇ ਵਿੱਚ ਸਾਰਾ ਸੰਸਾਰ ਬੰਦ, ਕਰੋਨਾ ਆ ਗਿਆ ਸੀਗਾ, ਯਾਦ ਹੋਏਗਾ 23 ਮਾਰਚ 2020 ਨੂੰ ਲੋਕਡਾਊਨ ਹੋ ਗਿਆ ਸੀਗਾ, ਸਾਰਾ ਸੰਸਾਰ ਬੰਦ ਹੋ ਗਿਆ ਸੀਗਾ। ਉਸ ਲੋਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ, ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇ ਤਾ। ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਵੀ ਐਡਾ ਕੀ ਤੂਫਾਨ ਆ ਗਿਆ ਸੀਗਾ। ਔਰ ਇਹਨਾਂ ਦੇ ਹੀ ਮਹਿਕਮਿਆਂ ਨੇ ਰਿਪੋਰਟਾਂ ਦਿੱਤੀਆਂ ਵੀ ਆਹ ਪਾਣੀ ਜ਼ਿਆਦਾ ਹੈ। ਇਹਨਾਂ ਦੇ ਹੀ ਪੰਜਾਬ ਸਰਕਾਰ ਦੇ ਮਹਿਕਮੇ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਦੀ ਕਾਪੀ ਮੇਰੇ ਕੋਲ ਪਈ ਹੈਗੀ ਹੈ, ਜੋ ਇਹਨਾਂ ਨੇ ਲੁਕਾਈ ਹੋਈ ਸੀ, ਪਰੰਤੂ ਮੈਂ ਕਿਸੇ ਚੈਨਲ ਤੋਂ ਕਢਾ ਲਈ। ਉਹ ਉਹਨਾਂ ਨੇ 2021 ਵਿੱਚ ਰਿਪੋਰਟ ਦਿੱਤੀ ਬਈ ਆਹ ਪਾਣੀ ਨਾਪਿਆ ਨਹੀਂ ਗਿਆ ਪ੍ਰੋਪਰਲੀ, ਔਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅੰਟਿਲ ਐਂਡ ਅਨਲੈਸਿਵ ਇਸ ਬੁੱਢੇ ਨਾਲੇ ਵਿੱਚ ਕਿੰਨਾ ਫਲੋ ਆਫ ਵਾਟਰ ਜਾ ਰਿਹਾ ਉਹਨੂੰ ਪ੍ਰੋਪਰਲੀ ਨਾਪਿਆ ਨਹੀਂ ਜਾਊਗਾ, ਅਤੇ ਉਸ ਤੋਂ ਬਾਅਦ ਹੀ ਆਹ ਮੁਕਰਰ ਕੀਤਾ ਜਾ ਸਕਦਾ ਵੀ ਕਿੰਨੇ MLD ਦੇ STP ਪਲਾਂਟ ਦੀ ਰਿਕੁਆਇਰਮੈਂਟ ਹੈ। ਹੁਣ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ, 2020 ਤੱਕ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਲੁਧਿਆਣਾ ਸ਼ਹਿਰ ਦੇ ਵਿੱਚ 3 STP ਪਲਾਂਟ ਇੰਸਟਾਲ ਕੀਤੇ, ਇੱਕ 48 MLD ਦਾ ਜਮਾਲਪੁਰ, ਦੂਸਰਾ ਭੱਟੀਆਂ 161 MLD ਦਾ, ਤੀਸਰਾ ਬੱਲੋਂਕੇ 257 MLD ਦਾ। ਇਹਨਾਂ ਨੇ 3 STP ਪਲਾਂਟ ਬਣਾਏ ਹੋਏ ਸੀਗੇ 2020 ਤੱਕ। ਉਸ ਤੋਂ ਬਾਅਦ ਜਦੋਂ ਆ ਨਵੀਂ DPR ਆਈ, ਇਹਦੇ ਵਿੱਚ 48 MLD ਦਾ STP ਪਲਾਂਟ, ਜਿਹੜਾ ਜਮਾਲਪੁਰ ਵਾਲਾ ਕਹਿੰਦੇ ਜੀ ਡਿਫੰਕਟ ਹੋ ਗਿਆ, ਆਹ ਹੁਣ ਚੱਲਣ ਦੇ ਯੋਗ ਨਹੀਂ ਹੈ, ਉਹਨੂੰ ਖਤਮ ਕਰਕੇ ਉੱਥੇ 225 MLD ਦਾ ਪਲਾਂਟ ਨਵਾਂ ਡਿਜ਼ਾਈਨ ਕੀਤਾ ਗਿਆ। ਔਰ ਅਡੀਸ਼ਨਲ ਬੱਲੋਂਕੇ ਜਿੱਥੇ 257 MLD ਦਾ ਪਲਾਂਟ STP ਪਹਿਲੇ ਲੱਗੇ ਹੋਏ ਸੀ, ਉੱਥੇ 60 MLD ਕਪੈਸਿਟੀ ਹੋਰ ਵਧਾਈ ਗਈ। 225 MLD ਇੱਕ ਨਵਾਂ ਜਮਾਲਪੁਰ, 60 MLD ਬੱਲੋਂਕੇ, ਆਹ 225 ਜਮ੍ਹਾਂ 60 ਕਰ ਲਓ, ਅਤੇ ਆਹ 19 ਕਪੈਸਿਟੀ ਪਲਾਂਟਾਂ ਵਾਸਤੇ 650 ਕਰੋੜ ਰੁਪਏ ਦੀ DPR ਤਿਆਰ ਕਰ ਦਿੱਤੀ ਗਈ। ਫਿਰ ਸ਼ਿੰਗਾਰ ਸਿਨਮੇ ਦੇ ਨਾਲੋਂ ਦੀ, ਜਿਹੜਾ ਸਾਰਾ ਗੁਰਦੁਆਰਾ ਦੁੱਖ ਨਿਵਾਰਨ ਤੋਂ ਨਾਲ ਟਰਾਂਸਪੋਰਟ ਨਗਰ, CMC, ਜਨਕਪੁਰੀ, ਉਹ ਸਾਰਾ ਪਾਣੀ ਜਿਹੜਾ ਸ਼ਿੰਗਾਰ ਸਿਨਮੇ ਨਾਲ ਗਊਸ਼ਾਲਾ ਸ਼ਮਸ਼ਾਨ ਘਾਟ ਦੇ ਨਾਲ ਆ ਕੇ ਜਿਹੜਾ ਨਾਲਾ ਵਗਦਾ, ਉਹ ਨਾਲੇ ਨੂੰ ਪੁੱਠੀ ਗ੍ਰੈਵਿਟੀ ਨਾਲ ਪਾਣੀ ਦੀਆਂ ਪਾਈਪਾਂ ਉੱਧਰ ਲੈ ਗਏ। ਤੁਸੀਂ ਲੁੱਟ ਦੇਖੋ ਅਫਸਰਾਂ ਦੇ ਡਿਜ਼ਾਈਨ ਕਿਵੇਂ ਕੀਤੇ। ਮੈਂ ਕਹਿੰਦਾ ਆਹ ਸਾਰਿਆਂ ਨੂੰ ਆਗਰੇ ਦੇ ਪਾਗਲਖਾਨੇ ਵਿੱਚ ਇਹਨਾਂ ਦਾ ਚੈੱਕਅਪ ਕਰਾਉਣਾ ਚਾਹੀਦਾ। ਪਾਣੀ ਦਾ ਲੈਵਲ, ਪਾਣੀ ਦੀ ਗ੍ਰੈਵਿਟੀ ਨਾਲੇ ਦੀ ਤਾਜਪੁਰ ਜੇਲ੍ਹ ਤੋਂ ਇੱਧਰ ਹੰਬੜਾਂ ਵਾਲੇ ਪਾਸੇ ਜਾਂਦੀ ਹੈ, ਅਤੇ ਇਹਨਾਂ ਨੇ ਪੁੱਠੀ ਗ੍ਰੈਵਿਟੀ ਵਿੱਚ ਇਹਨਾਂ ਨੇ ਪਾਈਪਾਂ ਪਾ ਦਿੱਤੀਆਂ, ਜਿਹੜਾ ਕਿ ਅੱਜ ਚੱਲ ਕੇ ਹੁਣ ਦੇਖ ਲਓ ਉਹ ਪਾਣੀ ਉਹਦਾ ਤਾਂ ਆਉਂਦਾ ਉੱਥੇ ਆ ਰਿਹਾ। ਉਹ ਪਾਣੀ ਦੀ ਪਾਈਪਾਂ ਪਤਾ ਨਹੀਂ ਪਾਈਆਂ ਪਤਾ ਨਹੀਂ ਪਾਈਆਂ, ਪਰੰਤੂ ਅੱਜ 650 ਕਰੋੜ ਰੁਪਏ ਖਰਚ ਹੋਣ ਤੋਂ ਬਾਅਦ ਵੀ ਸਵਾਲ ਆ ਹੈਗਾ ਉਹ ਸ਼ਿੰਗਾਰ ਸਿੰਘ ਦੇ ਨਾਲੋਂ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਡਾਇਰੈਕਟ ਕਿਵੇਂ ਗਿਰ ਰਿਹਾ। ਉਸ ਤੋਂ ਬਾਅਦ ਅੱਗੇ ਆ ਜਾਓ, 650 ਕਰੋੜ ਰੁਪਏ ਖਰਚ ਹੋ ਚੁੱਕੇ ਜੀ, 650 ਕਰੋੜ ਰੁਪਏ ਖਰਚ ਹੋ ਚੁੱਕਿਆ ਜੀ, STP ਪਲਾਂਟ ਲੱਗ ਗਿਆ ਜੀ, ਪਾਈਪਾਂ ਪੈ ਗਈਆਂ ਜੀ, ਦਮੋਰੀਆ ਪੁਲ ਦੇ ਨਾਲ ਚੰਦਰ ਨਗਰ ਦੇ ਕੋਲ ਉਹਦੇ ਨਾਲੋਂ ਵੀ ਇਸੇ ਤਰ੍ਹਾਂ ਇੱਕ ਡਰੇਨ ਆ ਰਹੀ ਹੈ, ਉਹ ਵੀ ਵਿੱਚ ਪੈ ਰਹੀ ਹੈ। ਨਹੀਂ ਲੱਗਦਾ ਇੱਕ ਵੱਡਾ ਘਪਲਾ ਹੋਇਆ ਘਪਲਾ? ਉਹ ਮੈਂ ਤਾਂ 4 ਸਾਲ ਦਾ ਕਹਿ ਰਿਹਾ, ਜਦੋਂ ਮੈਂ DPR ਪੜ੍ਹੀ ਨਾ, ਅਤੇ ਮੈਂ ਉਸ ਟਾਈਮ ਮੰਚ 'ਤੇ, ਅੱਜ ਵੀ ਤੁਸੀਂ ਤਰੀਕ ਯਾਦ ਕਰੋ, 3 ਦਸੰਬਰ 2020 ਗੁਰੂ ਨਾਨਕ ਭਵਨ ਦੇ ਵਿੱਚ, ਉੱਥੇ ਬਹੁਤ ਵੱਡੀ ਸਰਕਾਰ ਨੇ, ਕਾਂਗਰਸ ਦੀ ਚੋਰ ਸਰਕਾਰ ਨੇ, ਚੋਰ ਮੰਤਰੀਆਂ ਨੇ, ਮੇਅਰਾਂ ਨੇ, MLAs ਨੇ, ਔਰ ਸੈਕਟਰੀ ਲੈਵਲ ਦੇ ਬੰਦਿਆਂ ਨੇ ਉੱਥੇ ਆ ਬੁੱਢੇ ਨਾਲੇ ਵਾਸਤੇ ਮੀਟਿੰਗ ਕਾਲ ਕੀਤੀ। ਉੱਥੇ ਮੈਂ ਉੱਥੇ ਚੈਲੰਜ ਕੀਤਾ, ਮੈਂ ਕਿਹਾ ਜੀ ਆਹ ਜਿਹੜੀ DPR ਹੈ ਆਹ 300 ਕਰੋੜ ਤੋਂ ਵੱਧ ਦਾ ਦੀ ਹੈ ਹੀ ਨਹੀਂ, ਇਹਦੀ ਵੈਲਿਊ ਡਬਲ ਕੀਤੀ ਗਈ ਹੈ।
ਔਰ ਮੈਂ ਕਿਹਾ ਜੀ ਪਾਣੀ ਨੂੰ ਨਾਪਿਆ ਨਹੀਂ ਗਿਆ ਅਤੇ ਇਸ ਕਾਰਨ ਮੈਂ ਕਿਹਾ ਆਹ ਪੈਸਾ ਰੁੜ ਗਿਆ। ਮੈਂ 4 ਸਾਲ ਪਹਿਲੇ ਇਹਦੀ ਭਵਿੱਖਬਾਣੀ ਕਰ ਦਿੱਤੀ ਸੀ, ਪਰੰਤੂ ਮੈਨੂੰ ਮੈਂ ਅੱਧੇ ਪੈਸੇ ਕਰਨ ਦੇ ਮੈਂ ਕਿਹਾ ਸੀ ਵੀ ਅੱਧੇ ਪੈਸੇ ਕੰਮ ਹੋ ਸਕਦਾ। ਮੈਂ ਯਾਦ ਕਰੋ ਮੇਰੀ ਵੀਡੀਓਜ਼ ਅੱਜ ਵੀ ਮੇਰੇ ਕੋਲ ਪਈਆਂ, ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦੂੰਗਾ, ਪਰੰਤੂ ਮੈਂ ਉਹ ਕਹਿੰਦੇ ਆ ਪਾਗਲ ਹੋ ਗਿਆ, ਆਹ ਤਰੁਣ ਜਨ ਬਾਬੇ ਦਾ ਦਿਮਾਗ ਖਰਾਬ ਹੋ ਗਿਆ। ਮੈਂ ਕਿਹਾ ਕੋਈ ਗੱਲ ਨਹੀਂ। ਨਹੀਂ ਸਰ, ਹੁਣ ਨਵੀਂ ਸਰਕਾਰ ਜਿਹੜੀ ਬਣੀ ਸੀ ਉਹਨਾਂ ਵੱਲੋਂ ਵੀ ਜਿਹੜਾ ਵਾ ਇਸ ਦਾ ਕੰਮ ਜਿਹੜਾ ਚਲਾਇਆ ਗਿਆ, ਕਾਫੀ ਜਿਹੜੀਆਂ ਪਾਈਪਾਂ ਪੂਪਾਂ ਇਹਨਾਂ ਨੇ ਪਾਈਆਂ, ਕੀ ਲੱਗਦਾ ਕੀ ਮਿਲੀ ਭੁਗਤਣਾ ਹੋਇਆ ਸਾਰਾ ਜਾਂ? ਦੇਖੋ ਜੀ, ਇਹਨਾਂ ਨੇ ਪਾਈਪਾਂ ਪਾਈਆਂ, ਇਹਨਾਂ ਨੇ ਪਾਈਪਾਂ ਨਹੀਂ ਪਾਈਆਂ। ਮੈਂ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਜਾਂ ਕੋਈ ਮੈਂ ਇੰਜੀਨੀਅਰ ਨਹੀਂ ਹੈਗਾ। ਆਹ ਤੁਸੀਂ ਸਵਾਲ ਇਹਨਾਂ ਨੂੰ ਪੁੱਛੋ ਵੀ ਕਿੱਥੇ ਕਿੱਥੇ ਪਾਈਪਾਂ ਪਈਆਂ, ਕਿੱਥੇ ਕਿੱਥੇ ਪਾਣੀਆਂ ਆਹ ਪਾਣੀ ਨੂੰ ਲੈ ਕੇ ਗਏ ਆ। ਮੈਨੂੰ ਤਾਂ ਸਿਰਫ ਇੰਨਾ ਪਤਾ, ਮੈਂ ਇੱਕ ਨੋਰਮਲ ਇੱਕ ਵਪਾਰੀ ਹਾਂ, ਇੱਕ ਸਿਵਿਲੀਅਨ ਹੈ। ਇਹਨਾਂ ਨੇ 650 ਕਰੋੜ ਰੁਪਇਆ ਖਰਚ ਕਰਤਾ, ਬੁੱਢਾ ਨਾਲਾ ਚੱਲੋ ਮੇਰੇ ਨਾਲ, ਬੁੱਢਾ ਨਾਲਾ ਸਾਫ਼ ਹੋ ਗਿਆ, ਨਹੀਂ ਹੋਇਆ। ਇਸ ਕਾਰਨ ਮੈਂ ਆਵਾਜ਼ ਚੱਕੀ। ਫਿਰ ਮੈਂ ਆਹ ਪਿਛਲੇ ਥੋੜ੍ਹੇ ਦਿਨਾਂ 'ਚ ਗੁਰੂ ਨਾਨਕ ਭਵਨ 'ਚ ਦੁਆਰਤੀ ਤੁਹਾਡੇ ਸਾਰਿਆਂ ਦੇ ਵਿੱਚ ਉੱਥੇ ਹਜ਼ਾਰਾਂ ਬੰਦੇ ਆਏ, ਔਰ ਆਹ 30 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਤਕਰੀਬਨ 10,000 ਤੋਂ ਵੱਧ ਬੰਦਿਆਂ ਨੇ ਇਕੱਠੇ ਹੋ ਕੇ ਇੱਥੇ ਪੋਲਿਊਸ਼ਨ ਬੋਰਡ ਦੇ ਦਫ਼ਤਰ ਨੂੰ ਤਾਲੇ ਮਾਰਨੇ ਸੀਗੇ। ਮੈਂ ਪਹਿਲੀ ਅਨਾਊਂਸਮੈਂਟ ਕਰ ਦਿੱਤੀ ਸੀਗੀ, ਔਰ DC ਦਫ਼ਤਰ ਨੂੰ ਤਾਲਾ ਮਾਰਨਾ ਸੀਗਾ, ਔਰ ਪੰਜਾਬ ਵਾਟਰ ਸੀਵਰੇਜ ਬੋਰਡ ਦੇ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ, ਔਰ ਕਾਰਪੋਰੇਸ਼ਨ ਨੂੰ ਤਾਲਾ ਮਾਰਨਾ ਸੀਗਾ। ਪਰੰਤੂ ਉਸ ਤੋਂ ਪਹਿਲੇ ਹੀ ਅੱਜ ਹੀ ਜਿਹੜੀ ਆ ਵਿਧਾਨ ਸਭਾ ਕਮੇਟੀ ਬਣੀ ਹੈ ਲੋਕਲ ਬੋਡੀ ਦੀ, ਜਿਸਦੇ ਮੇਰੇ ਸਤਿਕਾਰਯੋਗ ਭਰਾ ਜਿਹੜੇ ਚੇਅਰਮੈਨ ਬਣੇ ਆ ਸ਼੍ਰੀ ਗੁਰਪ੍ਰੀਤ ਗੋਗੀ ਜੀ, ਇਹਨਾਂ ਨੇ ਬਹੁਤ ਵੱਡਾ ਕਦਮ ਚੱਕਿਆ, ਬਹੁਤ ਸ਼ਲਾਘਾਯੋਗ ਹੌਸਲੇ ਦਾ ਇਹਨਾਂ ਨੇ ਕੀਤਾ। ਤੁਹਾਡੇ ਵੱਲ ਕੋਈ ਐਕਸ਼ਨ ਹੈ ਜੀ ਅੱਗੇ, ਕਿਉਂਕਿ ਕਾਰਵਾਈ ਹੋ ਗਈ, ਤੁਸੀਂ ਜਾਂਚ ਦੀ ਮੰਗ? ਦੇਖੋ ਜੀ, ਅੱਜ ਤਾਂ ਹੁਣ ਹੁਣੀ ਹੁਣੀ ਖਬਰ ਆਈ, ਹੁਣੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਸੰਪੰਨ ਹੋਈ ਹੈ, ਹੁਣੀ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਵੀ ਗੋਗੀ ਜੀ ਨੇ CBI ਔਰ ਵਿਜੀਲੈਂਸ ਦੀ ਇਨਕੁਆਇਰੀ ਦੀ ਮੰਗ ਕਰ ਦਿੱਤੀ ਹੈ। ਹੁਣ ਜੇ ਉਹ ਸਰਕਾਰ ਨੇ, ਕਿਉਂਕਿ ਆਹ ਮੰਗ ਜਦ ਕੇ ਨਹੀਂ ਹੁੰਦੀ, ਅਸੀਂ ਵੇਟ ਕਰਾਂਗੇ, ਹੋਰ ਅਸੀਂ 10-15 ਦਿਨਾਂ ਦਾ ਟਾਈਮ ਦੇਵਾਂਗੇ। ਜੇ ਇਹਦੀ ਇਨਕੁਆਇਰੀ ਦੀ ਜਾਂਚ ਨਹੀਂ ਹੁੰਦੀ ਮੁਕੰਮਲ, ਔਰ ਸ਼ੁਰੂਆਤ ਨਹੀਂ ਹੁੰਦੀ, CBI ਨੂੰ ਆਫਿਸ਼ੀਅਲ ਤੌਰ 'ਤੇ ਕੀ ਪ੍ਰੋਸੀਜਰ ਹੈ ਮੈਨੂੰ ਨਹੀਂ ਪਤਾ, ਆਹ ਸਰਕਾਰਾਂ ਦੇ ਕੰਮ ਹੈ, CBI ਨੂੰ ਕੰਮ ਮੇਰੇ ਕਹਿ ਤਾਂ ਨਹੀਂ ਜਾਣਾ। ਅਸੀਂ ਤਾਂ ਜਨਤਾ, ਅਸੀਂ ਆਵਾਜ਼ ਚੱਕੀ, ਪਰ ਅਸੀਂ ਅੱਜ ਮਨ ਨੂੰ ਇੱਕ ਰਾਹਤ ਹੈ ਵੀ ਸਰਕਾਰ ਨੇ ਸਾਡੀ ਸੁਣੀ, ਸਰਕਾਰ ਨੇ ਸਾਡੀ ਸੁਣੀ। ਅਗਲੀ ਗੱਲ ਕੀ ਤੁਹਾਡੀ ਹਲੇ ਫਿਲਹਾਲ ਦੇ ਲਈ ਟਾਲ ਦਿੱਤੀ ਗਈ ਫਿਰ? ਹਲੇ ਹਾਲ ਦੀ ਫਿਲਹਾਲ ਤਾਂ ਜਿੱਦਾਂ ਹੁਣ ਟਲੀ ਗਈ ਜੀ, ਜਦ ਹੁਣ CBI ਦੀ ਮੰਗ ਹੀ ਸਰਕਾਰ ਨੇ ਕਰ ਦਿੱਤੀ ਜੀ। ਅਧਿਕਾਰੀ ਅਤੇ ਕੋਈ ਜਿਹੜੀਆਂ ਪਹਿਲੀਆਂ ਪਾਰਟੀਆਂ ਦੇ ਕੋਈ ਬੰਦੇ ਆ ਉਹ ਵੀ ਵਿੱਚ ਆਉਣਗੇ? 100% ਆਉਣਗੇ ਜੀ। ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਆਊਗਾ ਜੀ, ਜਿਹਨੇ ਸਾਈਨ ਕੀਤੇ ਹੈ, ਠੀਕ ਹੈ ਜੀ, ਔਰ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਸੀਗੇ ਜਾਂ ਜਿਹੜੇ ਹੋਰ ਸੰਬੰਧਿਤ ਲੋਕਲ ਬੋਡੀ ਦੇ ਮੰਤਰੀ ਸੀਗੇ, ਜਿਹਨਾਂ ਜਿਹਨਾਂ ਇਸ ਫਾਈਲ ਇਸ ਡੀਪਰ 'ਤੇ ਸਾਈਨ ਕੀਤੇ ਆ, ਤਾਂ ਹੁਣ ਵਿਜੀਲੈਂਸ ਵਾਲੇ ਜਾਂ CBI ਵਾਲੇ ਪੁੱਛਣਗੇ ਨਾ ਜੀ ਕਿਹਨੇ ਕਿਹਨੇ ਆ ਲੁੱਟ ਦਾ ਸੌਦਾ ਤਿਆਰ ਕੀਤਾ। ਅੱਜ ਮੈਨੂੰ ਅੱਜ 25% ਅੱਜ ਮੇਰੇ ਮਨ ਨੂੰ ਸਕੂਨ ਹੈ ਵੀ ਹਾਂ ਆਹ ਲੁੱਟ ਦੀ, ਕਿਉਂਕਿ ਟੈਕਸਾਂ ਦਾ ਪੈਸਾ ਸਾਡੇ ਵਰਗੇ ਆਮ ਨਾਗਰਿਕ ਦਾ ਹੈਗਾ, ਅਤੇ ਅੱਜ 25% ਸਕੂਨ ਹੈ। ਪਰੰਤੂ 100% ਉਦੋਂ ਹੋਊਗਾ ਜਦੋਂ ਆਹ ਸਾਰੇ ਅਫਸਰਾਂ ਦੇ ਹੁਣ ਹੱਥ ਖੜ੍ਹੇ ਹੋ ਗਏ ਆ। ਇਹਨਾਂ ਨੇ ਆਪਣੇ ਵੱਡੇ ਇੰਜੀਨੀਅਰ ਨੇ ਝੂਠੀਆਂ DPRਾਂ ਬਣਾ ਕੇ ਬੁੱਢੇ ਨਾਲ ਨੂੰ ਹੋਰ ਬਰਬਾਦ ਕਰ ਦਿੱਤਾ। ਕੱਲ੍ਹ ਹੀ ਪਾਣੀ ਨੂੰ ਪਵਾਇਆ ਗਿਆ ਉੱਥੇ ਪਾਣੀ ਨਿਕਲਿਆ 1400 ML, 1400 ML ਵਿੱਚ ਜੈਨਪੁਰ ਦੀ ਬੁਲੀ 'ਤੇ 161 ML ਪਾਣੀ ਜਾ ਰਿਹਾ ਭੱਟੀਆਂ ਟ੍ਰੀਟਮੈਂਟ ਪਲਾਂਟ ਤੋਂ ਸਿੱਧਾ ਸਤਲੁਜ 'ਚ। ਮੈਂ ਤੁਹਾਨੂੰ ਆਹ ਵੀ ਦੱਸਣਾ ਚਾਹੁੰਦਾ, ਆਹ ਜਿਹੜਾ ਗੰਦਾ ਨਾਲਾ ਜਾਂ ਬੁੱਢਾ ਨਾਲੇ ਦੇ 2 ਰੂਟ ਹੈ, ਇੱਕ ਜੈਨਪੁਰ ਤੋਂ ਹੋ ਕੇ ਸਿੱਧਾ ਵਲੀਪੁਰ ਪਿੰਡ ਹੋ ਕੇ ਸਿੱਧਾ ਜਾਂਦਾ ਸਤਲੁਜ, ਇੱਕ ਭੱਟੀਆਂ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਉੱਥੋਂ ਦੀ ਜਾਂਦਾ ਸਿੱਧਾ ਸਤਲੁਜ। ਲੱਗਦਾ ਕਿ ਸਤਲੁਜ ਦਾ ਪਾਣੀ ਵੀ ਨਾਲ ਦੂਸ਼ਿਤ ਹੋ ਰਿਹਾ ਵੀ ਹੋ ਹੀ ਰਿਹਾ ਜੀ, ਸਤਲੁਜ ਦਾ ਪਾਣੀ ਤਾਂ ਬਰਬਾਦ ਹੋ ਰਿਹਾ, ਆਪ ਸਾਰਾ ਮਾਰ ਕਰ ਰਿਹਾ ਅੱਗੇ ਪੂਰੇ ਪੰਜਾਬ 'ਚ ਹੁੰਦਾ ਹੋਇਆ ਰਾਜਸਥਾਨ ਤੱਕਣ। ਆਹ ਤਾਂ ਇਹਨਾਂ ਦੇ ਤਾਂ ਮੈਂ ਕਹਿੰਦੇ ਸਖ਼ਤ ਸਜ਼ਾਵਾਂ ਦੇ ਕੇ ਇਹਨਾਂ ਨੂੰ ਤਾਂ ਕਠੋਰ ਤੋਂ ਕਠੋਰ ਸਜ਼ਾ ਦੇ ਕੇ ਇਹਨੂੰ ਜੇਲ੍ਹਾਂ ਵਿੱਚ ਪਾਉਣਾ ਚਾਹੀਦਾ ਅਫਸਰਾਂ ਨੂੰ, ਸਰਕਾਰ ਦੇ ਲੋਕਾਂ ਨੂੰ। ਦੇਖੋ, ਅਸੀਂ ਹੁਣ ਆਪ ਇਹਦਾ ਡਿਜ਼ਾਈਨ ਤਿਆਰ ਕੀਤਾ,
ਹੁਣ ਜੇ ਭਗਵੰਤ ਮਾਨ ਜੀ ਸਾਡੇ ਇੰਡਸਟਰੀ ਦੁਆਰਾ ਜਾਂ ਆਮ ਸਾਡੇ ਲੋਕਾਂ ਨੇ ਜੋ ਡਿਜ਼ਾਈਨ ਤਿਆਰ ਕੀਤਾ ਇਸ ਬੁੱਢੇ ਨੇ ਉਹਨੂੰ ਸਾਫ਼ ਕਰਨ ਦਾ, ਜੋ ਅਸੀਂ ਤਰਕੀਬ ਖੋਜੀ ਹੈ, ਅਸੀਂ ਵੀ ਆਪਣੀ ਹੁਣ ਇੱਕ ਡੀ ਪੀ ਆਰ ਬਣਾਈ ਹੈ, ਜੇ ਸਾਡੀ ਸਲਾਹ ਲੈ ਲੈਣਗੇ, ਕਿਉਂਕਿ ਆਹ ਸਾਰੇ ਅਫਸਰਾਂ ਦੇ ਹੱਥ ਖੜ੍ਹੇ ਹੋ ਗਏ, ਸਰਕਾਰਾਂ ਦੇ ਹੱਥ ਖੜ੍ਹੇ ਹੋ ਗਏ, ਆਹ ਸਾਡਾ ਸ਼ਹਿਰ ਹੈ, ਸਾਡਾ ਜੰਮ ਪਲ ਸੀ ਇੱਥੇ ਦੇ, ਸਾਡਾ ਬੁੱਢਾ ਦਰਿਆ ਸੀਗਾ, ਅੱਜ ਆ ਗੰਦਾ ਨਾਲਾ ਬਣ ਗਿਆ, ਅਸੀਂ ਸੰਕਲਪ ਲਿਆ, ਚਾਹੇ ਸਾਡੀ ਸਰਕਾਰ ਸਾਡੀ ਸੁਣਿਆ ਨਾ ਸੁਣੇ, ਅਸੀਂ ਇਹਨੂੰ ਆਪਣੇ ਲੈਵਲ ਤੋਂ ਅਸੀਂ ਸਾਫ਼ ਕਰਕੇ ਦਿਖਾਵਾਂਗੇ। ਬਹੁਤ ਬਹੁਤ ਧੰਨਵਾਦ।